ਕੰਜਕਾਂ ਦੀ ਪੂਜਾ ਕਰਨ ਵਾਲੇ ਇਸ ਦੇਸ਼ ਵਿੱਚ ਸਦੀਆਂ ਤੱਕ ਔਰਤ ਨੇ ਗੁਲਾਮੀ ਦਾ ਜੀਵਨ ਹੰਡਾਇਆ ਹੈ। ਅੱਜ ਵੀ ਮਰਦ ਦੇ ਪਰਛਾਵੇਂ ਤੋਂ ਸੱਖਣੀ ਔਰਤ ਨੂੰ ਕੁਝ ਭੇੜੀਏ ਰੂਪੀ ਮਰਦਾਂ ਦੀਆਂ ਨਜ਼ਰਾਂ ਤੋਂ ਲੁਕ ਲੁਕ ਰਹਿਣਾ ਪੈਂਦਾ। ਇਹ ਕਹਾਣੀ ਵੀ ਇੱਕ ਅਜਿਹੀ ਕੁੜੀ ਦੀ ਹੈ ਜਿਸ ਦਾ ਬੇੜਾ ਪਿਓ ਭਰਾ ਤੋਂ ਸੱਖਣਾ ਹੈ। ਸਮਾਜਿਕ ਦਰਿੰਦਿਆਂ ਦੀਆਂ ਹਫਸ਼ੀ ਨਜ਼ਰਾਂ ਕਿਵੇਂ ਉਸ ਨੂੰ ਹਿੰਸਾ ਤੱਕ ਲੈ ਜਾਂਦੀਆਂ ਨੇ, ਆਓ ਦੇਖਦੇ ਹਾਂ। ਰਾਣਾ ਪੁੱਤ, ਰਾਣਾ ਪੁੱਤ ਖੜੇ ਹੋ ਜਾ, ਪੁੱਤ ਉੱਠ, ਲੈ ਚਾਹ ਪੀ ਲਾ। ਲੈ ਚਾਹ ਪੀ ਲਾ ਪੁੱਤ, ਤੇ ਘਰ ਦਾ ਸਾਰਾ ਕੰਮ ਕਰ ਲਈ ਮੇਰੀ ਧੀ। ਚੰਗਾ ਠੀਕ, ਮੈਂ ਨਾ ਕੰਮ ਤੇ ਜਾਂਦੀ ਹਾਂ, ਹੁਣ ਕੰਮ ਕਰਿਆ ਵਾ ਮੈਂ। ਹੋਰ ਤੇ ਕਰ ਲਈ ਪੁੱਤ ਬਣ ਕੇ ਕੰਮ, ਹੋਰ ਸਾਰਾ ਕੰਮ ਕਰ ਲਾ। ਰੁਪਿੰਦਰ ਨੂੰ ਤਾਂ ਬਾਅਦ ਚ ਹੀ ਉਠਾ ਲੂੰਗੀ, ਪਹਿਲਾਂ ਕੰਮ ਕਰ ਲੈਂਦੀ ਹਾਂ। ਕਰਮਜੀਤ ਆ ਲੈ ਚਾਹ ਪੀ ਲੈ, ਤੇ ਨਾਲੇ ਜਾਂਦੀ ਹੋਈ ਭਾਂਡੇ ਮਾਂਜ ਜੀ। ਠੀਕ ਹੈ ਜੀ, ਹਾਂ ਤੇ ਸਾਰਾ ਕੰਮ ਕਰਕੇ ਜਾਈ। ਠੀਕ ਹੈ ਜੀ, ਮੈਂ ਕੱਪੜੇ ਛੱਤ ਤੇ ਧੋ ਕੇ ਪਾ ਦਾ ਕਰਾਂ, ਫਿਰ ਮੈਂ ਕੋਈ ਨਾ ਮਾਂਜ ਜੂੰਗੀ। ਠੀਕ, ਡਾਕਟਰ ਸਾਹਿਬ ਕਿੱਥੇ ਹੋ ਤੁਸੀਂ? ਆਪਣੇ ਨਾ ਕੰਮ ਵਾਲੀ ਪੌੜੀਆਂ ਤੋਂ ਡਿੱਗ ਪਈ, ਥੋੜ੍ਹਾ ਜਿਹਾ ਜਲਦੀ ਆ ਜਾਓ ਤੁਸੀਂ। ਠੀਕ ਹੈ, ਠੀਕ ਹੈ ਜੀ।
ਸਿਮੂ ਸਿਮੂ ਵੀਰੇ ਆਓ ਜੀ ਡਾਕਟਰ ਸਾਹਿਬ ਆਓ ਕਰੀ ਹੋ ਬਈ ਤੁਸੀਂ ਕਰੋ ਮਤਲਬ ਬੱਟੇ ਇੰਨੇ ਮੈਨੂੰ ਫੋਨ ਕਰਕੇ ਆ ਜਾਓ ਇੰਨਾ ਗੱਲ ਤਾਂ ਬਹੁਤ ਰੋਗ ਫੋਨ ਵੱਜ ਰਹੇ ਹੈਲੋ ਹੈਲੋ ਗੁੱਡੀ ਤੂੰ ਆਪਣੇ ਘਰੇ ਆ ਜਾ ਤੇਰੀ ਮੰਮੀ ਦੇ ਨਾ ਸੱਟ ਵੱਜੀ ਮੰਮੀ ਦੇ ਸੱਟ चक्कर जा आ गया पता ही नहीं लग गया तहां पौड़ियां तो डिग पी डॉक्टर साहब मम्मी ठीक तो हो जानगे ना हूं ठीक नहीं जी थोड़ा जा लेट होर हो जांदे ना ता खून काफी बह गए थे ना ता सो इना दा काम तो परहेज रखो तुसी इन सेट नहीं कुछ नहीं हुंदा कुछ नहीं हुंदा ए पुत्त कुछ नहीं होंगे कुछ नहीं होंगे आराम कर लियो नहीं होंगे काम तो कोई गल नहीं मैं आपे देख की करा पुत कर दिया मजबूरिया कुछ नहीं होंगे काम करना पैंदा मेरा की जी नहीं करता भी घरे बह जाना कोई ना मैं आपे देख लूंगी नहीं तो रह जाता मेथो बस बस थोड़ा आराम आराम चाह बना के गई रब्बा मारता मिलता लत गई मेरी सिर फुट गया तो खंड भी है नहीं रुपिंदर ਘਰੋਂ ਜਾ ਕੇ ਖੰਡ ਲਿਆ ਮੰਮੀ ਨੇ ਚਾਹ ਬਣਾਉਣੀ ਠੀਕ ਹੈ ਦੀਦੀ ਦੀਦੀ ਆਂਟੀ ਬੋਲਦੇ ਸਾਡੇ ਵੀ ਨਹੀਂ ਹੈਗੇ ਅੰਕਲ ਲੈ ਕੇ ਆਣਗੇ ਚਲ ਕੋਈ ਨਾ ਪੁੱਤ ਮੈਂ ਦੁਕਾਨ ਤੇ ਲੈ ਆਉਂਗੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
ਬਈ ਬਈ ਸੌਦਾ ਲੈਣਾ ਸੀਗਾ ਅੱਧਾ ਕਿਲੋ ਖੰਡ ਦੇ ਦਿਓ ਪੈਸੇ ਮੈਂ ਕੱਲ੍ਹ ਦੇ ਜੂੰਗੀ ਇੱਕ ਖੰਡ ਲੈ ਆਣੀ ਆ ਦੋ ਕਿਲੋ ਲੈ ਜਾ ਪੈਸਿਆਂ ਪੁੱਛਣ ਨਹੀਂ ਕੋਈ ਗੱਲ ਬਈ ਕੋਈ ਗੱਲ ਨਹੀਂ ਕੱਲ੍ਹ ਦੇ ਜੂੰਗੀ ਪਹਿਲਾਂ ਆਧਾਰ ਵੀ ਕੱਲ੍ਹ ਸਾਰਾ ਹਿਸਾਬ ਕਰ ਜੂੰਗੀ ਇੱਕ ਹੱਲ ਹੈਗਾ ਮੇਰੇ ਕੋਲ ਪੈਸੇ ਦੇ ਨਾ ਨਹੀਂ ਹੱਲ ਮੇਰੇ ਕੋਲ ਹੋਰ ਹੈਗੇ ਆ ਜੋ ਕਰ ਲਈ ਮੈਂ ਦੱਸ खड़े हो चाह पी लो मर गई मना लें कुत्ते चाह हाँ जी चल तुसी चाह पियो मैं काम वाले घरे जाके आनी हूं ठीक है तो जा मैं कुत्त काम वाले हां मम्मी की करा मेरे तो हूं सट बज गई कोई ना मम्मी तुसी मैं तो काम भी नहीं होनागा ਤੁਸੀਂ ਆਰਾਮ ਕਰੋ ਮੈਂ ਚੱਕ ਕੇ ਆਈ ਕੰਮ ਆ ਜਾਂਦਾ ਚੱਲ ਪੁੱਤ ਧਿਆਨ ਨਾ ਜਾਈ ਚੰਗਾ ਠੀਕ ਹੈ ਭੱਗ ਜਾ ਚਲੋ ਮੇਰੀ ਧੀ ਨੂੰ ਵੀ ਜੱਬ ਪੈ ਗਈ ਮੇਰੇ ਆਪਦੇ ਸਿਰ ਤੇ ਤਾਂ ਟੈਨਸ਼ਨਾਂ ਸੀਗੀਆਂ ਭੋਰਾ ਪਰ ਜਵਾਕੜੀ ਨੂੰ ਵੀ ਟੈਨਸ਼ਨਾਂ 'ਚ ਪਾ ਤਾ ਰੱਬ ਨੇ ਵੀ ਭੋਰਾ ਤਰਸ ਨਹੀਂ ਕੀਤਾ ਮੈਂ ਸੱਟ ਵੀ ਮਾਰਨੀ ਸੀ ਓਹੋ ਏ ਚੱਲ ਗਰਮੀ ਬਹੁਤ ਆ ਕਿਹੜੇ ਚੱਕਰਾਂ ਚ ਪਾ ਮਾਦਵਾਣੇ ਪੰਦੇ ਤੇਰੇ ਨਾਲ ਗੱਲ ਕਰਨੀ ਸੀ ਤੇਰੀ ਇੰਨੀ ਜ਼ਰੂਰਤ ਤੂੰ ਮੇਰੇ ਥੱਪੜ ਮਾਰ ਛੱਡ ਦੇ ਛੱਡ ਮੈਂ ਛੱਡ ਛੱਡ ਵੀ ਛੱਡ ਚਲੋ ਮੇਰੇ Thank you.
ਅਗਨ ਅਗਨ ਜੀ ਕਮਰੇ ਨਾ ਅਗਨ ਜੀ ਕਮਰੇ ਨਾ ਰਾਣੋ ਕੁੱਤਾ।